ਉਹ ਵੱਜ ਗਿਆ ਉਹ ਵੱਡਾ ਬੁਆਜ ਗਿਆ ਕਿਰੇ ਦੁਕਾਨ ਤੇਰੀ ਹੈ ਨਹੀਂ ਮਰੇ ਗੋਣੀਆਂ ਦੀ ਨਹੀਂ ਮੈਂ ਕਿਹਾ ਸ਼ਕਨੋ ਤੂੰ ਇੰਜ ਲਾਦਾ ਵੀ ਕਰੋ ਕਿਸ ਨੇ ਦਹੀਂ ਲੈਣ ਭੇਜਿਆ ਤੈਨੂੰ ਨਹੀਂ ਤੇ ਮੈਂ ਦੁੱਧ ਦੀ ਵਾਲੀ ਦੁਕਾਨ ਤੇ ਖਲੋਤਾ ਹਾਂ ਨਹੀਂ ਨਹੀਂ ਮੈਂ ਐਸੇ ਨਹੀਂ ਪੁੱਛਿਆ ਨਾ ਵੀ ਤੇਰੀ ਹੈ ਨਾ ਆਪਣੀ ਹੈ ਨਾ ਦੁਕਾਨ ਤੇ ਖਲਾਰ ਕਿਤੇ ਨਹੀਂ ਗਿਆ ਤੈਨੂੰ ਇੱਥੇ ਆਪਣੀ ਦੁਕਾਨ ਤੇ ਤੈਨੂੰ ਕਿ ਖਲਾਰ ਕਿਤੇ ਨਹੀਂ ਗਿਆ ਮੇਰੀ ਦੁਕਾਨ ਤੇ ਮੈਨੂੰ ਕਿੰਨੇ ਖਲਾਰਨਾ ਮੈਂ ਆਪ ਹੀ ਖਲੋਤਾ ਲੱਭ ਕੀ ਰਹੀ ਆ ਬੀਬੀ ਮੈਨੂੰ ਦੱਸ ਕੋਈ ਸ਼ਾਇਦ ਤੇਰੀ ਕੁਆਚੀ ਹੈ ਕੁਸੇ ਆ ਤੜੀ ਦੁਕਾਨ ਤੇ ਆਈਆਂ ਮੇਰੇ ਤੇ ਫਰੂਟ ਹੀ ਲੈਣਾ ਵਾ ਨਾ ਆਦਾ ਇੱਥੇ ਕਿਹੜਾ ਬੂਟ ਵਾਲੀ ਦੁਕਾਨ ਆ ਫਰੂਟ ਹੀ ਆ ਤੇ ਭਰਾ ਮੇਰੇ ਗੁੱਸਾ ਕਿਉਂ ਕਰਨਾ ਨਹੀਂ ਲੱਭ ਗਈ ਰਹੀਆਂ ਮਤਲਬ ਫਰੇਜ ਜੀ ਜੋ ਤੇਰੇ ਸੇਬ ਕੋ ਦੌੜ ਕੇ ਮੇਰੀ ਦੁਕਾਨ ਤੇ ਆ ਗਿਆ ਵਾ ਯਾ ਕੇਲੇ ਭਾਜੇ ਕੇ ਆ ਗਿਆ ਮੇਰੀ ਦੁਕਾਨ ਤੇ ਸੇਬ ਕਿੱਦਾਂ ਲਾਇਆ ਹੈ ਸੇਬ ਕਿੱਦਾਂ ਲਾਇਆ ਹੈ ਮਿੱਠੇ ਚ ਲਾਇਆ ਉਸ ਤੋਂ ਬਾਅਦ ਕਿੱਦਾਂ ਲਾਇਆ 350 ਰੁਪਏ ਕਿਲੋ ਲਾਇਆ ਮਿੱਠੇ ਆ ਮਿੱਠੇ ਆ ਸੇਬ ਅਲਹਮਦੁਲਿਲਾ ਕਿਉਂ ਨਹੀਂ ਮਿੱਠੇ ਚਾ 2 ਕਿਲੋ ਤੋਲ ਦੇ ਦੋਗਲੇ ਤੋਲਦੇ ਲੇਕਿਨ ਇੱਕ ਸ਼ਰਤ ਆ ਮੇਰੀ ਕਿਹੜੀ ਸ਼ਰਤ ਆ ਤੇ ਜੇ ਖਾ ਖਾ ਕੇ ਮੈਂ ਤੈਨੂੰ ਸੇਬ ਦਵਾਂਗੀ ਜਿਹੜਾ ਮਿੱਠਾ ਹੋਊਗਾ ਉਹ ਮੈਂ ਤੈਨੂੰ ਦੇ ਹੀ ਜਾਊਂਗੀ ਉਹ ਤੋਲ ਹੀ ਲਈ ਜਿਹੜਾ ਫਿੱਕਾ ਹੋਊਗਾ ਮੈਂ ਸੁੱਤੀ ਜਾਊਂਗੀ ਇੱਕ ਸ਼ਰਤ ਤੇ ਰੱਖੀ ਜਾਊਂਗੀ ਈ ਗੱਲ ਹੋ ਗਈ ਕੀ ਹੋਇਆ ਚੱਕ ਮਾਰ ਕੇ ਤੂੰ ਚੱਕੀ ਜਾਏਗੀ ਤੇ ਜਿਹੜਾ ਮਿੱਠਾ ਆ ਉਹ ਸਾਰੇ ਹੀ ਮਿੱਠੇ ਹੁੰਦੇ ਆ ਤੂੰ ਬਾਕੀ ਖਰਾਬ ਕਰਨੇ ਵੇ ਜੇ ਘਰ ਜਾਏ ਕੋਈ ਫਿੱਕਾ ਨਿਕਲ ਆਇਆ ਵਿੱਚੋਂ ਤਾਂ ਫੇਰ ਲੈ ਕਿਉਂ ਫਿੱਕਾ ਨਿਕਲ ਆ ਵਾ ਸੇਬ ਸੇਬ ਹੁੰਦਾ ਰੱਖ ਦੇ ਉੱਥੇ ਬੀਬੀ ਤੂੰ ਸੇਬ ਤੇ ਹੀ ਘਾਟਾਰੀ ਆ ਕਿਉਂ ਪੈਸੇ ਨਹੀਂ ਦੇਣੇ ਜਦੋਂ ਦੇ ਹਾਂ ਇਹ ਤਾਂ ਉਹ ਮੇਰਾ ਹਾਲਾ ਤਰਫ ਗੱਲਾਂ ਹੀ ਕਰਨੀ ਆ ਵਾ ਸੇਪ ਤੋਂ ਵੀਰੇ ਨਹੀਂ ਮੈਂ ਚੱਕ ਚੱਕ ਨਹੀਂ ਮੈਂ ਮਾਰਨ ਦੇਣਾ ਮਤਲਬ ਜੇ ਕਿਵੇਂ ਮੈਂ ਚੱਕ ਕੇ ਲੈਣਾ ਕਿ ਲੋ ਤੇ ਹੋਰ ਕਿਦਾਂ ਲੈਣੇ ਆ ਇੱਦਾਂ ਹੀ ਆ ਇਦਾਂ ਲੈਣੇ ਆ ਇਹ ਸਾਰੇ ਮਿੱਠੇ ਆ ਤੇ ਮਿੱਠੇ ਆ ਤਾਂ ਤੂੰ ਯਕੀਨ ਕਰ ਮੈਂ ਚੈੱਕ ਕਰਕੇ ਕਿਉਂ ਯਕੀਨ ਕਰਾਂ ਚੱਕ ਨਹੀਂ ਹੋਣਾ ਫਿਰ ਕਿਧਰ ਹੋਰ ਲੀਲਾ ਜਾ ਕੇ ਵੀ ਵੀ ਅੱਛਾ ਵੀਰੇ ਆਹ ਨਾਰ ਕਿਦਾਂ ਲਾਏ ਆ ਐ ਐਹੇ ਦੀ ਬਾਤ ਤੋਂ ਗੱਲ ਕਰਨੇ ਇੱਧਰ ਆ ਬੀਵੀ ਮੇਰੀ ਗੱਲ ਸੁਣ ਨਾਰ ਕਿਦਾਂ ਲਾਏ ਆ ਆ ਨਾਰ ਐ ਨਾਰ ਲਾਇਆ ਅੱਛਾ ਤੇ ਮੈਨ ਲੈ ਇਧਾਰ ਆ ਚੁੱਕਿਆ ਤੂੰ ਗਲਿਆ ਆ ਆਏ ਆ ਗਲਿਆ ਨਹੀਂ ਆ ਸਾਰੀ ਪੇਟੀ ਓਏ ਬਲਿਆ ਨਹੀਂ ਹੈਗਾ ਬਿਮਾਰ ਆ ਉਹਦੀ ਅੱਖਾਂ ਚ ਪਾਣੀ ਨਿਕਲਣ ਡਿਆ ਉਹਨੂੰ ਡਾਕਟਰ ਕੋਲ ਲੈ ਕੇ ਜਾ ਬਿਮਾਰ ਅੱਗੇ ਫੇਰੇ ਹੋਰ ਕੰਮ ਤਾਂ ਛੁੱਟੀ ਹੈ ਤੇਰੇ ਲੈ ਜਾਾਂਗਾ ਨੂੰ ਪੱਟੀ ਪੁੱਟੀ ਕਰਾਓ ਤੇ ਜਾ ਕੇ ਵੱਡੀਆਂ ਉਹ ਜਿਹੜਾ ਕੋਠੇ ਤੋਂ ਟਿਕਿਆ ਕੰਮ ਕੋਈ ਆਉਦਾ ਉਹ ਉਹ ਜਿਹੜਾ ਕੋਠੇ ਤੋਂ ਡਿੱਗਿਆ ਮੈਨੂੰ ਮੈਂ ਪੱਟੀਆਂ ਕਰਾਣੀਆਂ ਆ ਆ ਕਿਦਾਂ ਨਾ ਆਏ ਵੀਰੇ ਕੇਲੇ ਹਾਂ ਕੇਲੇ ਕਿਦਾਂ ਲਾਏ ਕੇਲੇ 250 ਰੁਪਏ ਦਰਜਨ ਵੀਰੇ ਚਿਤਰੀਆ ਲੈ ਹੈ ਹਾਂ ਚਿਤਰੀਆ ਨਹੀਂ ਚਿਤਰੀਆ ਲੈ ਹੈ ਉਹ ਚਿਤਰੀਆ ਲਈ ਹੈ ਹੋਰ ਕਿਹੜਿਆ ਤੂੰ ਤਾਂ ਨਰਤ ਨੂੰ ਪੈਂਟ ਆ ਵਾ ਉਹ ਬੀਬੀ ਤੂੰ ਗੱਲਾਂ ਹੀ ਅਜਦੀਆਂ ਕਰਾਂ ਨੀ ਬੰਦਾ ਗੱਕ ਚ ਤਲੀਜ਼ ਨਾ ਸੌਦਾ ਦੇਂਦਾ ਵਾ ਹੁਣ ਕਿਹਨੇ ਦੇ ਆ ਤਰਜੰਦੇ ਦੇ ਹਾਂ ਤਰਜਾ ਤੇ ਦੇ ਤੇ ਸਾਰੇ ਇੱਕੋ ਸਾਈਜ਼ ਦੇ ਕੇਲੇ ਹੋਣੇ ਚਾਹੀਦੇ ਵੱਡਾ ਛੋਟਾ ਕੋਈ ਨਾ ਹੋਵੇ ਵੇ ਉਹ ਬੀਬੀ ਸਾਰੇ ਕੋਈ ਵੱਡਾ ਛੋਟਾ ਤੇ ਹੁੰਦਾ ਹੀ ਐਵੇਂ ਹੁਣ ਆ ਆਵੇ ਇਹ ਛੋਟੇ ਇੱਕੋ ਸਾਈਜ਼ ਦੇ ਕੇਲਾ ਕਿਹੜਾ ਹੁੰਦਾ ਵਾ ਮੇਰੇ ਜਿਵੇਂ ਆਵੇ ਹਾਂ ਆ ਕਿੰਨੇ ਇੱਕ ਦੇ ਸਾਈਜ਼ ਦੇ ਆ ਆ ਦੇ ਆ ਕੱਚੇ ਕੇਲੇ ਲੱਗਣ ੜੇ ਓਏ ਆਉਦੇ ਇਹਨਾਂ ਨੇ ਹਾਲੀ ਪੱਕਣਾ ਹੈ ਨਾ ਇਹ ਪੱਕਣਗੇ ਤੇ ਉਦੋਂ ਠੀਕ ਹੋਣਗੇ ਨਾ ਵੀਰੇ ਤੋਂ ਇਤਨਾ ਕਾਰਕ ਕਿ ਨੇ ਭਾਵੇਂ ਛੋਟੇ-ਛੋਟੇ ਕਿ ਮਿੱਠੇ ਹੋਣੇ ਚਾਹੀਦੇ ਆ ਮਿੱਠੇ ਜਿਤਰੀ ਆਲੇ ਆ ਲੇਕਿਨ ਹੁਣ ਪ੍ਰਾਪਤ ਉਹ ਬੜਾ ਸਾਇਦ ਜ਼ਰਾ ਵੀ ਇੱਕ ਹੋਇਆ ਜਿਹੜਾ ਨਾ ਇੰਚ ਦਾ ਵੀ ਵੱਡਾ ਛੋਟਾ ਨਾ ਵਿੱਚੋਂ ਲਿੱਖ ਲੈ ਮਤਲਬ ਤੂੰ ਕੀ ਕਰਨੇ ਆ ਬਰਾਬਰ ਦੇ ਕੇਲੇ ਨੂੰ ਮੈਨੂੰ ਦੱਸ ਦੇ ਦਰਜਨ ਕੇਲੇ ਆ ਜੇ ਨਿਕਲ ਨੇ ਆ ਇੱਕੋ ਜੀ ਹੁੰਦੇ ਆ ਆ ਮੈਂ ਕਰ ਦਿਆ ਹੁਣ ਹਾਂ ਤਰਚਨ ਕਰਦੇ 4 6 8 10 12 ਲੋ ਜੀ ਆ ਆ ਹੋ ਗਿਆ ਤੁਹਾਡਾ ਦਰਜਨ ਕੇਲਾਓ ਦਰਜਨ ਕੇਲਾਓ ਯਾਰ ਬੈਠੇ ਆ ਵੀਰੇ ਹਾਂ ਇਹ ਟਾਫੀ ਆ ਟਾਫੀ ਟਾਫੀ ਆ ਇਹਨੂੰ ਟਾਫੀ ਕਹਿੰਦੇ ਆ ਤੈਨੂੰ ਇਹਨੇ ਜਾ ਕੇ ਦੂਸਰੀ ਦੁਕਾਨ ਪਰ ਚੂਨਾ ਦੀ ਦੁਕਾਨ ਤੇ ਰੱਖ ਕੇ ਇੱਥੇ ਕਿਉਂ ਰੱਖੀ ਆ ਵੀ ਕਿਉਂ ਮੇਰਾ ਦਿਮਾਗ ਖਾਂਦੀ ਏ ਟਾਫੀ ਇਹਦਾ ਨਾਮ ਆ ਇਹਦਾ ਨਾਮ ਆ ਟਾਫੀ ਇਹ ਔਂਗੂਰਾ ਦੇ ਵੀ ਵੱਖਰੇ ਵੱਖਰੇ ਨਾਮ ਹੁੰਦੇ ਆ ਹਾਂਜੀ ਤੇਰੇ ਘਰ ਬੱਚੇ ਇਹਨਾਂ ਤੋਂ ਉਹਦੇ ਵੱਖਰੇ ਵੱਖਰੇ ਨਾਂ ਕਿ ਇੱਕੋ ਦਾ ਨਾਮ ਰੱਖ ਲਈ ਤੁਸੀਂ ਨਾਲ ਫਰੂਟ ਬਣਾਉਣ ਨੇ ਓਏ ਆ ਉਹ ਤੇ ਵੱਖਰੇ ਵੱਖਰੇ ਨਾਮ ਘਰ ਬੱਚੇ ਨਹੀਂ ਹੈਗੇ ਹੈਗੇ ਆ ਬੱਚੇ ਉਹਨਾਂ ਦਾ ਨਾਮ ਤਾਂ ਬਿਸਕੁਟ ਟਾਫੀਆਂ ਮੈਂ ਐ ਤੈਨੂੰ ਕਹਿੰਦੀ ਇੰਨਾ ਦੇ ਨਾਮ ਰੱਖਿਆ ਓਏ ਐ ਤੈਨੂੰ ਮੈਂ ਡਿੰਗ ਡੌਗ ਛੋਟੇ ਬੱਚੇ ਦਾ ਨਾਮ ਤੇਰੇ ਦਾ ਨਾਮ ਵੀ ਡਿੰਗ ਡ ਸਲੰਟੀ ਰੱਖਿਆ ਹੋਣਾ ਧੀ ਆਪਣੀ ਦਾ ਇਹ ਸਲੰਟੀ ਮੇਰੀ ਗੱਲ ਸੁਣ ਲੈ ਗੁੰਡੇ ਦਾ ਆਪਣੇ ਦਾ ਨਾਂ ਤੂੰ ਚਿਪਸ ਰੱਖਿਆ ਹੋਣਾ ਜੀਬ ਗੱਲਾਂ ਕਰੀ ਜਾ ਮੇਰੀ ਗੱਲ ਸੁਣ ਉਸਕੇ ਲੋਕੀ ਦਾ ਟੀਚਰ ਤਾਂ ਨਹੀਂ ਸਕੂਲ ਤਾਂ ਨਹੀਂ ਪੜਾਉਂਦੀ ਬੀਬੀ ਮੈਨੂੰ ਕਿਹਨੇ ਦੱਸੋ ਆ ਤੇਰੇ ਟੈਂਟਾਂ ਨੇ ਮੈਨੂੰ ਪਤਾ ਲੱਗਿਆ ਟੈਂਟਾਂ ਉਹ ਹੀ ਕਰਦੀਆਂ ਨੇ ਸਕੂਲਾਂ 'ਚ ਪੜਾਉਂਦੀਆਂ ਵਾ ਇਤਾਂ ਦੀਆਂ ਗੱਲਾਂ ਨੀ ਕਰੀ ਦੇ ਉੱਤੇ ਦਾਹ ਦੇ ਨਾਲ ਨਾ ਤਮੀਜ਼ ਨਾ ਪੇਸ਼ ਆਈਦਾ ਹੁੰਦਾ ਵਾ ਤੂੰ ਸੀ ਬੀਬੀ ਕੋਈ ਲੈਣਾ ਵਾ ਜਾਂ ਮੇਰਾ ਦਿਮਾਗ ਪਾਉਣਾ ਵਾ ਆ ਮਿੱਠੇ ਆ ਬਿਲਕੁਲ ਮਿੱਠੇ ਆ ਇਹਦੀ ਕੀ ਗਾਰੰਟੀ ਹੈ ਮਿੱਠੇ ਕਿਵੇਂ ਲੈ ਹੈ ਸੌਂਕੇ ਤਾਸਰ ਆਵੇ ਕੋ ਫੁੱਸ਼ ਬੋង ਸੰਗਤੋਂ ਪੜਾ ਲੱਗਦਾ ਸੰਗੇ ਸੰਗਤ ਆ ਤੂੰ ਹੀ ਜਾਊਗਾ ਸੋ ਸੰਗਤ ਆ ਆਵੇ ਆਰਾਮ ਨਾਲ ਸੋង ਗੋ ਵੀ ਜੋ ਪਾਰ ਹੀ ਨਾ ਤੈਂ ਕਿਤੇ ਕਰਬੂਜ਼ਾ ਨਾਕੀ ਮਾਸ਼ਾਅੱਲਾ ਐਡਾ ਵੱਡਾ ਤੇਰਾ ਮੇਰਾ ਨਾਕਾ ਕੇ ਚੁਰੀ ਹੈ ਜਿਹੜਾ ਪਾਰਦੇ ਨਾ ਤਿੱਖਾ ਨਾਕ ਤੇਰਾ ਤੂੰ ਸੁਗਦੇ ਪਾਰਦੇਗੀ ਮੇਰਾ ਤਿੱਖਾ ਨਾਕ ਕਿੰਨੇ ਹੋਗਾ ਮੇਰਾ ਤੇ ਨਾਕੀ ਬੜਾ ਸੋਹਣਾ ਨਾਕ ਆ ਨਾ ਬਹੁਤਾ ਤਿੱਖਾ ਵੀ ਨਾ ਬਹੁਤਾ ਮੋਟਾ ਵਾ ਬਸ ਗਾਦੇ ਇਹ ਉਹ ਨਾਕੇ ਜਿਹੜਾ ਕਿਸੇ ਨੂੰ ਆ ਹੀ ਨਹੀਂ ਜਾਂਦਾ ਨਾ ਇਹ ਨਾਕ ਆ ਹੀ ਨਹੀਂ ਮਗਾ ਹੁਣ ਆਲਾ ਹਾਂ ਤੇ ਤੇਰਾ ਉਹ ਨਾਕ ਜਿਹੜਾ ਬਰਾਦਰੀ ਚ ਨਹੀਂ ਰਹਿੰਦਾ ਨਹੀਂ ਰਹਿੰਦਾ ਹਾਂ ਬਰਾਦਰੀ ਚ ਵਢਾਣ ਆਲਾ ਹੁੰਦਾ ਨਾਕ ਕੇ ਹੋ ਜ ਆ ਤੇ ਤੇਰੀ ਦੁਬਾਨ ਜਿਹੜੀ ਹੈ ਨਾ ਇਹ ਵੈਸੇ ਵਢਾਉਣ ਵਾਲੀ ਹੁੰਦੀ ਜਿਹੜੀ ਬੋਲੀ ਜਾਂਦੀ ਚੁੱਪ ਨਹੀਂ ਕਰਦੀ ਅੱਛਾ ਵੀਰੇ ਮੈਨੂੰ ਨਾ ਪਰੇਸ਼ਾਨ ਨਾ ਕਰ ਤੂੰ ਨਾ ਮੈਨੂੰ ਘਰ ਲੈਣਾ ਤੂੰ ਦੇ ਤਾਂ ਇਹਨਾਂ ਦਾ ਚਲੋ ਦੱਸਾਂ ਤੇ ਦਿਆਂ ਮੈਂ ਕੀ ਹੈ 200 ਰੁਪਏ ਕਿਲੋ ਤੇ ਮਿੱਠੇ ਆ ਮਿੱਠੇ ਆ ਗਾਰੰਟੀ ਹੈ ਗਾਰੰਟੀ ਹੈ 80 ਰੁਪਏ ਲਾਏਗਾ ਜੇ ਗਾਰੰਟੀ ਹੈ ਤੇ 80 ਰੁਪਏ ਲਾ ਲਾ ਜੇ ਗਰੰਟੀ ਆ ਮਿੱਠੇ ਆ ਸਾਰੇ ਤੇ ਤੂੰ 80 ਰੁਪਏ ਨਾਲ ਓਏ 80 ਰੁਪਏ ਮੈਂ ਤਾਂ ਤੱਕੇ ਨਾ ਲਾ ਲਾ ਹਾਂ ਤੇ ਤੂੰ ਕਹਿੰਦੇ ਗਰੰਟੀ ਆਕਰ ਉਹ ਫਿਰ 80 ਰੁਪਏ ਨਾ ਲਾ ਤੂੰ ਪ੍ਰਭੂ ਦਾ ਮਿੱਠਾ ਹੀ ਹੈ ਦੀ ਗਰੰਟੀ ਹੁਣ ਮੈਂ ਤੈਨੂੰ ਨਾਲ ਕਾਟ ਦਿਆ ਤੂੰ ਮੇਰੇ ਕੋ ਫ੍ਰਿਜ ਲੈਣ ਆਈਆਂ ਤੈਨੂੰ ਘਰ ਜਾ ਕੇ ਵੇਖਾ ਵੀ ਸਾਰੇ ਠੱਗੇ ਨਿਕਲਣ ਤੇ ਕੌਣ ਜ਼ਿੰਮੇਦਾਰ ਇਹ ਤਾਂ ਨਸੀਬਾਂ ਦੀ ਗੱਲ ਆ ਠੱਗੇ ਨਿਕਲਣਦੇ ਹੁਣ ਗੱਲ ਇੱਕ ਬੰਦਾ ਲੈ ਕੇ ਗਿਆ ਉਹਦਾ ਵੀ ਝੋਮਣ ਨਿਕਲ ਆਇਆ ਉਹ ਦੇਖੋ ਜੀ ਮੇਰੇ ਦੰਦੇ ਆ ਨਹੀਂ ਮਿੱਠਿਆਂ ਦੀ ਗੱਲ ਹੋ ਰਹੀ ਨਿਕਲੇ ਓਏ ਮਿੱਠਿਆ ਲੈਣੇ ਆ ਤੇ ਦੱਸ ਮੈਨੂੰ ਬੀਬੀ ਐਵੇਂ ਨਾ ਕਰ ਗਾਗੀ ਵਾਦੇ ਦੀ ਜਾ ਰਹੀ ਹੈ ਦੋਨੋਂ ਕਾਫਾ ਪਾ ਦੇ 80 ਰੁਪਏ ਦੇ حساب ਨਾਲ ਮੈਰੇ 80 ਰੁਪਏ ਦਾ ਹਾਮਲਾ ਨਹੀਂ ਹੋਣਾ ਚਲੋ ਜਾ ਤੁਸੀਂ ਲੈਣਾ ਹੀ ਨਹੀਂ ਆ ਕੋਈ ਇਹ ਅਮਰੋਦ ਕੀੜੇ ਤਾਂ ਨਹੀਂ ਵੀਰੇ ਇਹਦੇ ਚ ਹਾਂ ਕੀੜੇ ਤਾਂ ਨਹੀਂ ਇਹਦੇ ਚ ਨਹੀਂ ਇਹਦੇ ਚ ਨਹੀਂ ਇਹਦੇ ਚ ਕੀੜੇ ਨਹੀਂ ਨੇ ਇਹਦੇ ਚ ਕਿਰਾਏਦਾਰ ਆਇਆ ਕੀੜਾ ਨਿਕਲ ਆਇਆ ਤੇ ਉਹ ਨਿਕਲ ਕੀੜਾ ਵੀ ਕਿਧਰ ਉਹਨੇ ਵੀ ਤਾਂ ਕਿਸੇ ਸ਼ਾਇਦ ਵੇਚੀ ਲੈਣਾ ਉਹਨੇ ਆਪਣਾ ਘਰ-ਬਾਰ ਨਹੀਂ ਬਣਾਉਣਾ ਲੇਕਿਨ ਵੇਚ ਨੂੰ ਐਂ ਜੇ ਖਰਾਬ ਨਾ ਨਾ ਕਰ ਲੈਣਾ ਨਹੀਂ ਲੈਣਾ ਤੇ ਐਂ ਵੀ ਖੋਲ ਕੇ ਵੇਖਣ ਦੇ ਕਾ ਵੀ ਕੀੜਾ ਹੈਗਾ ਵਿੱਚ ਕਿ ਨਹੀਂ ਕਿੰਨੇ ਕੋ ਖੋਲ ਕੇ ਵੇਖੇਗੀ ਤੂੰ ਲੈਣੇ ਕਿੰਨੇ ਆ ਮੈਂ ਵੇਖਣਾ ਮੈਂ ਵੀ ਕੀੜਾ ਵਿੱਚ ਸੁੱਤਾ ਕਿ ਉੱਠਿਆ ਮੈਂ ਹੁਣ ਤੇ ਟਾਈਮ ਵੀ ਉੱਠਣ ਦਾ ਤੂੰ ਉਹਦੇ ਕੋ ਸਫਾਈਆਂ ਕਰਾਉਣੀ ਆ ਜੇ ਉੱਠਿਆ ਕਿ ਜਾਂ ਉਹਨੂੰ ਕੰਮ ਤੇ ਭੇਜ ਦੇਣਾ ਵਾ ਤੂੰ ਆਪਣਾ ਕੰਮ ਕਰ ਬੀਬੀ ਜਾ ਉਹ ਨਹੀਂ ਲੈਣਾ ਨਾ ਵੀਰੇ ਆ ਕਰ ਦੇ ਅੱਧਾ ਕਿਲੋ ਕਰ ਤੇ ਹਾਂ ਇਹ ਹੂੰ ਅੱਧਾ ਕਿਲੋ ਕੀ ਕਰਨਾ ਅੱਧਾ ਕਿਲੋ ਚਾਹੀਦੇ ਆ ਵੀ ਮੇਰੀ ਮਰਜ਼ੀ ਵਿੱਚ ਜਿੰਨੇ ਮਰਜ਼ੀ ਲਵਾਂ ਐਨੇ ਬੜੇ ਤੂੰ ਕਰਨਾ ਅਸ਼ਾਪਰ ਦੇ ਇਹ ਇਹ ਜਾਈਦਾ ਆਹ ਹੋ ਅਮਰੂਦ ਲੋ ਦੇ ਦੇ ਆਤਾ ਕਿਨਾਂ ਆਲਾ ਆ ਕੇਲੇ ਦਰਜਨ ਹੋ ਗਏ ਤੇਰਾ ਅਮਰੂਦ ਹੋ ਗਿਆ ਸੇ ਪੀਨੇ ਸੇ ਵੀ ਦੋ ਕਿਲੋ ਘਾਟ ਮੈਂ ਚੱਕਣ ਚੋਂ ਘੰਡੂ ਲੈਣਾ ਮੈਂ ਤੈਨੂੰ ਪਹਿਲੇ ਦੱਸ ਦਿਆਂ ਚੱਲ ਤਰਦੇ ਤੇ ਦੋ ਕਿਲੋ ਤਾਂ ਹਾਂ ਕਰਦੇ ਇਹ ਵਿੱਚੋਂ ਇੱਕ ਅੱਧਾ ਤੇ ਚੱਖੂਗੇ ਨਾ ਮੈਂ ਉਹ ਵਾਲੇ ਲੈਣੇ ਆ ਇਹ ਤੇ ਸੇ ਆਂ ਅਰੇ ਇੱਕ ਸ਼ਹਿਰ ਤਾਂ ਚੱਖਣ ਵਾਲਾ ਜਿਹੜਾ ਵਾ ਉਹ ਤੂਰ ਖੜਾ ਵਾਲਾ ਮੈਨੂੰ ਉਹਦੀ ਜਗ੍ਹਾ ਤੇ ਨਵਾਂ ਦੇਣਾ ਸੀ ਓ ਯਾਰ ਇੱਧਰ ਆ ਜਾਓ ਅੱਜ ਆਪਰ ਦਿਓ ਭਾਜੀ ਆਦਰਾਓ ਬੀਬੀ ਹੁਣ ਤੈਨੂੰ ਕਿੰਨੇ ਚਾਹੀਦੇ ਸੇਵ ਐ ਹੋ ਦੇਖ ਮੈਨੂੰ ਓਹ ਛੋਟੇ ਘੱਟ ਨੇ ਆਹ ਮਿੱਠਾ ਸੇਵ ਆ ਬੜੀ ਗੱਲ ਇਹ ਵੀ ਤੂੰ ਖਾਣਾ ਭੱਟਿਆ ਤੇ ਇਹਨਾਂ ਤੋਂ ਛੋਟੇ ਆ ਉਹ ਤਾਂ ਤੇ ਤੂੰ ਹੀ ਤਾਂ ਮੇਰੇ ਨਾਲ ਗੱਲਾਂ ਹੋਣ ਜਦੋਂ ਨਾ ਦੀਆਂ ਕਰਨ ਲਈ ਐ ਸੇਵ ਮਿੱਠਾ ਆ ਆਹ ਦੀ ਗਰੰਟੀ ਆ ਮੇਰੇ ਬੰਦੇ ਬਖਾਂਦੇ ਖੱਬੀ ਆਖਾ ਤੇ ਮਾਰ ਦੇ ਸੱਜੀ ਆਪੇ ਸੱਜੀ ਆ ਐਦਾ ਹੀ ਹੋਣਾ ਚਾਹੀਦਾ ਉਹ ਵੀ ਖਾਓ ਵੀ ਖੇ ਤੇ ਤੂੰ ਉਹ ਨਾਲ ਤੇ ਦੇ ਓਏ ਓ ਐਡਾ ਐਡਾ ਸੇਵ ਜਿੱਡਾ ਤੇਰਾ ਮੂੰਹ ਚੱਕ ਕਿਵੇਂ ਮਾਰੇਗੀ ਛੋਟਾ ਲਾਇਆ ਤੇ ਮੈਂ ਮੈਂ ਆਪੇ ਛੁਰੀ ਨਾਲ ਕੱਟ ਕੇ ਖਾ ਲੂੰਦੀ ਭਰਾਵਾ ਉਹ ਛੁਰੀ ਨਾਲ ਕੱਟਣ ਵਾਲੇ ਨਹੀਂ ਹੈ ਕਿਉਂ ਤੂੰ ਕਿਸੇ ਨੂੰ ਬੇਜ਼ਬਾਨ ਨੂੰ ਤਕਲੀਫ ਦੇਣੀ ਮੈਂ ਉਹ ਹੀ ਲੈਣੇ ਆ ਤੂੰ ਓਏ ਆਪਣੇ ਪੂਰੇ ਗੱਲਾਂ ਆ ਤੂੰ ਨਹੀਂ ਮੈਨੂੰ ਉਹ ਹੀ ਸੇਵ ਤੇ ਇਹ ਵਾਪਸ ਕਰ ਓਏ ਉਹ ਸੇਵ ਦੀ ਗਰੰਟੀ ਨਹੀਂ ਹੈਗੀ ਵੀਰੇ ਮੈਨੂੰ ਉਹ ਹੀ ਸੇਵ ਚਾਹੀਦੇ ਆ ਉਹ ਸੇਵਾਂ ਦੀ ਗਰੰਟੀ ਨਹੀਂ ਹੈਗੀ ਮੈਂ ਤੈਨੂੰ ਕਹਿਣ ਦਿਆਂ ਆ 2 ਕਿਲੋ ਸੇਵ ਕਰ ਦੇ ਆਹ ਵਾਦਾ ਘਟਾ ਹੋਰ ਮੈਨੂੰ ਆਕੇ ਲਾਂਮਾ ਨਾ ਦੇਈ ਮੈਂ ਤੈਨੂੰ ਦੱਸ ਦਿੱਤਾ ਆਹ ਚਾਰ ਦਾਣੇ ਚੰਦੇ ਨੇ ਪਾਜੇ ਦੇ 2 ਕਿਲੋ ਤੇਰੇ ਪੂਰੇ ਹੋ ਰਹਿਣੇ ਨੇ ਆ ਲਾ ਵੀ ਤੇ ਆ ਕੀ ਹੈ ਕੀ ਤੇ ਆ ਕੀ ਹੈ ਹੈ ਆ ਕੀ ਹੈ ਇਹ ਰੋੜੀ ਸਲਾਈ ਮੈਂ ਇਹ ਰੋੜੀ ਹੈ ਇਹ ਕੀ ਵੀ ਆ ਕੀ ਵੀ ਹਾਂ ਫੁੱਲ ਦੇ ਕੀ ਨਾਮ ਆ ਕੀਵੀ ਪਿਆਰੇ ਬੱਚੋ ਕੀਵੀ ਕਿਆ ਹੈ ਕੀਵੀ ਇੱਕ ਪਰਿੰਦਾ ਹੈ ਨਹੀਂ ਇਹ ਕੌੜਾ ਹੁੰਦਾ ਵਾ ਇਹ ਕੋਰਟ ਤੁਮੇ ਦੇ ਨਾਲ ਹੁੰਦਾ ਵਾ ਅਚੜ ਬੱਚੇ ਕਹਿੰਦੇ ਕਿ ਵੱਡੇ ਖਾਂਦੇ ਇਹ ਬੱਚੇ ਦਿੰਦਾ ਵਾ ਬੱਚੇ ਨਹੀਂ ਇਹਨੂੰ ਖਾਂਦੇ ਬੱਚੇ ਰਹਿਣ ਅੱਗੇ ਦੌੜ ਪੈਂਦਾ ਵਾ ਓਏ ਕੀ ਵੀ ਇਹ ਸਾਰੇ ਖਾਂਦੇ ਆ ਆ ਬੱਚੇ ਦਿੰਦਾ ਆ ਫਲ ਬੱਚੇ ਦਿੰਦਾ ਹਾਂ ਤੇ ਘਰ ਲੈ ਜਾ ਰੌਣਕ ਲੱਗੀ ਰਹੂ ਠੀਕ ਗੱਲ ਹੋ ਗਈ ਮੈਂ ਘਰ ਕਿਉਂ ਲੈ ਜਾ ਇਹਨੂੰ ਤੇਰੇ ਆਪਣੇ ਤਾਂ ਸਾਰੇ ਖਾਂਦੇ ਆ ਆਲਾ ਤੇਰਾ ਵੀ ਹੋ ਗਿਆ ਹੁਣ ਦਰਜਨ ਕੇਲੇ ਹੋ ਗਏ ਅਦਾ ਕਿਲੋ ਮਰੂਦ ਹੋ ਗਏ 2 ਕਿਲੋ ਸੇਬ ਹੋ ਗਏ ਸਟਰਾਬਰੀ ਕਿਵੇਂ ਲਾਈ ਆ ਵੀਰੇ ਹਾਂ ਆ ਸਟਰਾਬਰੀ ਕਿਵੇਂ ਲਾਈ ਆ ਖੱਟੀ ਤੇ ਨਹੀਂ ਹੈਂ ਖੱਟੀ ਤੇ ਨਹੀਂ ਉਹ ਸਟਰਾਬਰੀ ਖੱਟੀ ਮਿੱਠੀ ਕੀ ਹੁੰਦੀ ਹੈ ਉਹ ਮਤਲਬ ਰੂਫ ਦਾ ਜਿਹੜਾ ਮਿੱਠਾ ਹੀ ਹੋਣਾ ਵਾ ਇਹਨੂੰ ਲੋਨ ਲਾ ਕੇ ਖਾਂਦਾ ਐਦੇ ਤੇ ਨੀਂंबू ਨੂੰ ਛੋੜ ਕੇ ਖਾਈਦਾ ਵਾ ਮੈਨੂੰ ਪੁੱਛੀ ਜਾਂਦੀ ਹੈ ਮਾਂ ਅ ਲੋਨ ਲਾ ਕੇ ਖਾਣ ਵਾਲੀ ਹੁੰਦੀ ਹੈ ਨਾ ਨਹੀਂ ਵੀ ਚਾ ਮਿੱਠੀ ਵੀ ਹੁੰਦੀ ਜਦੋਂ ਰੋ ਫੇ ਹੀ ਲੱਗਦਾ ਰੈਤੇ ਨਾਲ ਖਾਣ ਵਾਲੀ ਹੁੰਦੀ ਹੈ ਰੈਤੇ ਚ ਪਾ ਕੇ ਨਾ ਇਹਨੂੰ ਖਾਈਦਾ ਵਾ ਚਲ ਵੀਰੇ ਇਹਨੂੰ ਪਾਈਆ ਦੇ ਦੇ ਹੈਂ ਪਾਈਆ ਦੇ ਦੇ ਵੀਰੇ ਕੀ ਗੱਲ ਆ ਸਟਰਾਬਰੀ ਪਾਈਆ ਦੇ ਦੇ ਅੱਖਾਂ ਦੇ ਰਕੇ ਸੋਣੀ ਹੁੰਦੀ ਓ ਪਾਈਆ ਦੋ ਚਾਰ ਜਰਨੇ ਬੀਬੀ ਗੁਰ ਲੈਣੀ ਹੈ ਤੇ ਚਾਹ ਲੈ ਖਪਾਨੀ ਤੂੰ ਮੈਨੂੰ ਇੰਜੇ ਜਿਵੇਂ ਬੜਾ ਵੱਡਾ ਥੋਕ ਦਾ ਗਾਹਕ ਆਇਆ ਵਾ ਤੂੰ ਤੇ ਵੀਰੇ ਨਾ ਤੂੰ ਵੀ ਤਾਂ ਨਾ ਨਾ ਖਪਾ ਮੈਨੂੰ ਮੈਂ ਤੈਨੂੰ ਵੀ ਸੁਧਾਨ ਦੇਵਾਂ ਆਏ ਰਿੜੇ ਆਹ ਟਰੱਕ ਵੀ ਤੇਰਾ ਵਾ ਆਹੋ ਦੁਕਾਨਾਂ ਬੜੀਆਂ ਬੜੀਆਂ ਮਹਿੰਗੀਆਂ ਹੋ ਗਈਆਂ ਨੇ ਮੈਂ ਤੇ ਸੱਤਿਆ ਦੁਕਾਨ ਹੀ ਤੇਰੀ ਇਹਨਾਂ ਤੇ ਟਰੱਕੇ ਚ ਦੁਕਾਨ ਲਈ ਫਿਰਨਾ ਉਹ ਨਹੀਂ ਅਸਲ ਗੱਲ ਪਤਾ ਕੀ ਹੈ ਹਾਂ ਆਦਰ ਮੈਂ ਤੁਹਾਨੂੰ ਦੱਸਾਂ ਉਹ ਨਾ ਦੁਕਾਨਾਂ ਦੇ ਕਿਰਾਏ ਬੜੇ ਬੜੇ ਮਹਿੰਗੇ ਹੋ ਗਏ ਹਾਂ ਪਗੜੀ ਵੀ ਬੜੀ ਬੜੀ ਹੋ ਗਈਆਂ ਮੈਂ ਟਰੱਕ ਲਿਆ ਟਰੱਕ ਦੀ ਜੀ ਦੁਕਾਨ ਲਾ ਕੇ ਜਿੱਥੇ ਦਿਲ ਕਿਤਾ ਦੁਕਾਨ ਲਾ ਲਉ ਨਾ ਕਿਰਾਇਆ ਨਾ ਲੈਣੀ ਨਾ ਦੇਣੀ ਇਹ ਗੱਲ ਹੈ ਗੱਦਾ ਵੀਰ ਫਿਰ ਮੇਰਾ ਇੱਕ ਕੰਮ ਹੀ ਕਰ ਦੇ ਹਾਂ ਕੀ ਕਰਨਾ ਆਪਾਂ ਨੇ ਨਾ ਘਾਰ ਸ਼ਿਫਟ ਕਰਨਾ ਵਾ ਅੱਛਾ ਮਲਤਾਨ ਹਾਂ ਤੇ ਜਿੱਥੇ ਫਰੋਡ ਤੋਂ ਦੇਣ ਦੇ ਆ ਵਾ ਹਾਂ ਆ ਟਰੱਕ ਤੇ ਮੇਰਾ ਸਮਾਨ ਵੀ ਛੱਡਿਆ ਮਲਤਾਨ ਹਾਂ ਮਲਤਾਨ ਸਮਾਨ ਵੀ ਛੱਡਿਆ ਨਾ ਤੇਰਾ ਦਿਮਾਗ ਠੀਕ ਆ ਤੂੰ ਪਾਗਲਖਾਨੇ ਤੋਂ ਢੋੜੀ ਬੀਬੀ ਪੈਸੇ ਨਹੀਂ ਨਹੀਂ ਤੂੰ ਭੈੜੇ ਗੱਲ ਹੀ ਕਿਹੜੀ ਗੱਲ ਮੈਂ ਇੱਥੇ ਸਾਨੂੰ ਦੁਕਾਨਦਾਰੀ ਆ ਤੇ ਰਗਿਆ ਵਾ ਛੋਟੀ ਜੀ ਗੱਡੀ ਨਾਲ ਲੈ ਕੇ ਤੇ ਘੇਟੁਰ ਜਾਈਦਾ ਆਪਾਂ ਦੂਸਰਾ ਟਰੱਕ ਤੇ ਵੀ ਤੇ ਕਰਨਾ ਹੀ ਆ ਨਾ ਸਮਾਨ ਵੀ ਕਹਿ ਰਾ ਜਿੰਨਾ ਮੋ ਕੋ ਇੰਨਾ ਜ਼ਿਆਦਾ ਸਮਾਨ ਨਹੀਂ ਹੈ ਹਾਂ ਜਿੰਨਾ ਆ ਸੋਫਾ ਵਾ ਚਾਰ ਕੁਰਸੀਆਂ ਵਾ ਵੱਡਾ ਡਾਈਨਿੰਗ ਟੇਬਲ ਆ ਠੀਕ ਆ ਫਿਰ ਉਹ ਜਾ ਟੀਵੀ ਆ ਵੱਡੀ ਐਲਸੀਡੀ ਹਾਂ ਥੋੜਾ ਜਿਹਾ ਸਮਾਨ ਆ ਟਾਕੇ ਤੇਰੇ ਤੇ ਪੂਰਾ ਆ ਜਾਣਾ ਵਾ ਨਹੀਂ ਨਹੀਂ ਬਹੁਤ ਹੀ ਥੋੜਾ ਤੇਰਾ ਸਮਾਨ ਆ ਤੂੰ ਉਥੋਂ ਕੋਤਾ ਰੇੜੀ ਕਰਾਉ ਤੇ ਲੈ ਜਾ ਮੇਰੀ ਜਾਨ ਛੱਡ ਦੇ ਮੈਂ ਤੈਨੂੰ ਕਹਿੰਦੇ ਆ ਫਾਲ ਲੈਣ ਨਹੀਂ ਦੇ ਤੂੰ ਨਾ ਟਰੱਕ ਤੇ ਤੁਹਾਲੇ ਹੋ ਗਈ ਓਹ ਪਾਉ ਕਰੋ ਕੀ ਕਰਨਾ ਹੀ ਆ ਵੀਰੇ ਆ ਫਾਲ ਤੇ ਖਾ ਤੇਰੀ ਦੁਕਾਨ ਤੋਂ ਲਿੱਤਾ ਕੀ ਗਵਾਂਡੀਆਂ ਤੋਂ ਲਿੱਤਾ ਉਹ ਲਿੱਤਾ ਇੰਨਾ ਮੈਂ ਲਿੱਤਾ ਵਾ ਗੱਲਾਂ ਤੂੰ ਮੈਨੂੰ ਐ ਨਹੀਂ ਕਰਨੀ ਰੇ ਥੋਕ ਦੇ ਗਾਹ ਕਾ ਤੂੰ ਜੇ ਤੂੰ ਪੈਸੇ ਨਹੀਂ ਦੇਨੇ ਪੈਣੇ ਨਹੀਂ ਦੇਨੇ ਤਾਂ ਹੁਣ ਤੇਨੂੰ ਟਰੱਕ ਚੜ ਗਿਆ ਕਿ ਮੇਰਾ ਟਰੱਕ ਸਮਾਨ ਉਹ ਜਾ ਕੀ ਹੋ ਪਹੇ ਜਿਹੜਾ ਦੇਖੋ ਸਮਾਨ ਮੇਰਾ ਆਪਣੇ ਨਾਮ ਆਪਣਾ ਨਾਮ ਤੇਰੇ ਕੋ ਹੈ ਵਾ ਉਹ ਜਾ ਅੱਲਾ ਦਾ ਨਾਮ ਜਾ ਕੇ ਵੀ ਤੇ ਟਰੱਕ ਤਰਵਾਉਣਾ ਹੀ ਆ ਨਾ ਅਜਾ ਜਿੱਦ ਤੇ ਫਰੂਟ ਤੇਂ ਡੇਵਾ ਬੋਲਾ ਤੂੰ ਟਰੱਕ ਤਾਂ ਵੀ ਵਿਚਾਈ ਸਤਾ ਕਰ ਲੈ ਤਰਾ ਤੇ ਨਾ ਸਤਾ ਕਰ ਟਰੱਕ ਤਾਂ ਵੈਸੇ ਹੀ ਤੇਰੇ ਕੋਲ ਖਰੀਦ ਲਵਾ ਲੈ ਤੂੰ ਮੇਰੇ ਕੋਲ ਖਰੀਦ ਲਵਾ ਮੈਂ ਜਦੋਂ ਵੇਚਣਾ ਹੀ ਨਹੀਂ ਤੇ ਤੂੰ ਖਰੀਦਣਾ ਕਿਧੋਂ ਵੇਚਣਾ ਨੂੰ ਫੇਚਣ ਤੇ ਤੇਰਾ ਫਰੂਟ ਵੀ ਨਹੀਂ ਤੂੰ ਵੇਚਣ ਦਾ ਤੇਰਾ ਦਿਲ ਕਰਦਾ ਪਿਆ ਕਿ ਤੂੰ ਫਰੂਟ ਵੀ ਵੇਚਾ ਉਹ ਤੂੰ ਪੈਸੇ ਇੰਨੇ ਨੇ ਭਰਨ ਡਈਏ 200 ਰੁਪਏ ਦਾ ਤੂੰ 80 ਰੁਪਏ ਕਹਿਣ ਲਈ ਅਜਾ ਜਾ ਵੀ ਮੈਂਦਰ ਹੁਣੀ ਵੇਚਦਾ ਸਾ ਤੇ ਆਪੇ ਫਰੂਟ ਲੈ ਕੇ ਜਾਣਾ ਵਾ ਤੇ ਟਰੱਕ ਵੀ ਲੈ ਕੇ ਜਾਣਾ ਮੈਂ ਟਰੱਕ ਟਰੱਕ ਨਹੀਂ ਜਾਣਾ ਤੂੰ ਮੇਰੇ ਸ਼ਮਤ ਤੈਨੂੰ ਦੇਣੀ ਆ ਪੇੜਣੀ ਓਏ ਮੇਰਾ ਟਰੱਕ ਲੋਡ ਕੱਢ ਕੇ ਜਿੜੀ ਜਿੜੀ ਸਮਾਨ ਛਾਟਾਂਗੇ ਤੇ ਤੈਨੂੰ ਕੀ ਫਰਕ ਪੈ ਉਹ ਜਰ ਮੈਂ ਤੈਨੂੰ ਕਹਿੰਦਾ ਚਲੀ ਜਾ ਅੱਲਾ ਦਾ ਨਾਹੀ ਉਹ ਚਲੀ ਜਾਵਾ ਤੂੰ ਮੈਂ ਫਰੂਦ ਵੀ ਦੇ ਦਿੰਦਾ ਮੈਨੂੰ ਨਾ ਤੇਰਾ ਖਰਬੂਜ਼ਾ